ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਸਟੇਸ਼ਨ ਤੇ ਮੈਂ ਜੱਸੀ ਬੜੈਚ ਗੱਲ ਕਰੀ ਤਾਂ 3 ਸਤੰਬਰ ਨੂੰ ਆਉਣ ਵਾਲੀ ਫਿਲਮ ਉੱਚਾ ਪਿੰਡ ਜੀ ਦਾ ਕਿ ਅੱਜ ਟ੍ਰੇਲਰ ਜਿਹੜਾ ਹੈ ਉਹ ਰਿਲੀਜ਼ ਕੀਤਾ ਗਿਆ ਸਾਡੇ ਨਾਲ ਖਾਸ ਗੱਲਬਾਤ ਕਰਨ ਲਈ ਮੌਜੂਦ ਰਹਣਗੇ ਫਿਲਮ ਦੇ ਨਿਰਮਾਤਾ ਡਿੰਪੀ ਢੱਲੋਂ ਜੀ ਬਹੁਤ ਬਹੁਤ ਸਵਾਗਤ ਹੈ ਬਈ ਜੀ ਜੱਸੀ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਕੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਟ੍ਰੇਲਰ ਵੇਖਿਆ ਬਹੁਤ ਚੰਗਾ ਸੀਗਾ ਟ੍ਰੇਲਰ ਜੀ ਥੈਂਕ ਯੂ ਸੋ ਮਾਜੀ ਤੁਸੀਂ ਇਹਨਾਂ ਲਾਈਕ ਕੀਤਾ ਤੇ ਮੇਰੇ ਕੋਲੇ ਕੋਈ ਯੋਗ ਅਲਫਾਜ਼ ਨਹੀਂ ਤੁਸੀਂ ਇੰਨੀ ਤਾਰੀਫ਼ ਕਰ ਰਹੇ ਹੋ ਸਾਡੀ ਮੂਵੀ ਦੀ ਰੀਲੀ ਥੈਂਕਫੁਲ ਟੂ ਯੂ ਜੀ ਸਭ ਤੋਂ ਪਹਿਲਾਂ ਇਹ ਕਿ ਸਭ ਤੋਂ ਜਿਹੜਾ ਔਖਾ ਸਮਾਂ ਹੁੰਦਾ ਉਹ ਪ੍ਰੋਡਿਊਸਰ ਤੇ ਹੁੰਦਾ ਕਹਿ ਲੀਏ ਕਿ ਇਹ ਚੀਜ਼ ਨੂੰ ਕੱਲੀ-ਕੱਲੀ ਚੀਜ਼ ਨੂੰ ਦੇਖਣਾ ਕੱਲੀ-ਕੱਲੀ ਚੀਜ਼ ਨੂੰ ਮੇਨਟੇਨ ਕਰਨਾ ਕਿੰਨਾ ਔਖਾ ਲੱਗਿਆ ਇਸ ਫਿਲਮ ਦੇ ਲਈ ਕਿਉਂਕਿ ਇਸ ਫਿਲਮ ਦੀ ਜੇ ਅਸੀਂ ਦੇਖਿਆ ਟ੍ਰੇਲਰ ਤੱਕ ਕਾਸਟ ਬਹੁਤ ਵੱਡੀ ਹੈਗੀ ਇੱਕ ਕਲਾਕਾਰ ਕਲਾਕਾਰੀ ਦੇ ਥੰਮ੍ਹ ਕਹ ਲਈਏ ਜੀ ਕਿੰਨਾ ਔਖਾ ਲੱਗਿਆ ਸਾਰਿਆਂ ਨੂੰ ਅਪਰੂਵ ਕਰਨਾ ਜਦ ਤੁਸੀਂ ਬਲੀਵ ਕਰਿਓ ਜੀ ਬਾਇ ਦਾ ਗ੍ਰੇਸ ਆਫ ਗੋਡ ਜਦੋਂ ਤੁਹਾਡੀ ਨੀਅਤ ਸਾਫ਼ ਤੇ ਮਨ ਦੇ ਵਿੱਚ ਕੁਝ ਕਰਨ ਦਾ ਜਜ਼ਬਾ ਹੁੰਦਾ ਤੇ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ ਔਰ ਐਡੇ ਵੱਡੇ ਵੱਡੇ ਸਟਾਰ ਕਾਸਟ ਤੁਸੀਂ ਦੇਖੋ ਮੇਰੇ ਨਾਲ ਆ ਪਿੱਛੇ ਇੱਕ ਰਤੀ ਪਰ ਵੀ ਮੈਨੂੰ ਕਿਤੇ ਕੋਈ ਪ੍ਰੋਬਲਮ ਨਹੀਂ ਆ ਕਿਸੇ ਵੀ ਸਟਾਰ ਨਾਲ ਜਾਂ ਕੋਈ ਸੈਟ ਨਾਲ ਜਾਂ ਕੋਈ ਕਿਸੇ ਨਾਲ ਵੀ ਜਾਂ ਕੋਈ 뮤직 ਵਾਲੇ ਨਾਲ ਜਾਂ ਕੋਈ ਰਾਈਟਰ ਨਾਲ ਨਾਟ ਐਟ ਆਲ ਮੂਵੀ ਐ ਪਾਣੀ ਵਾਂਗੂ ਚੱਲੀ ਪ੍ਰੋਬਲਮ ਆਈ ਜਦੋਂ ਮੂਵੀ ਲਾਕਡਾਊਨ ਕਰਕੇ ਰੁਕ ਗਈ ਸਾਡਾ ਕੰਮ ਹੁੰਦਾ ਉਹ ਤਾਂ ਚਲੋ ਹੁਣ ਨੇਚਰ ਦੇ ਸਾਰੇ ਸੀ ਜੀ ਕੁਦਰਤ ਦੇ ਸਾਰੇ ਸੀ ਉਸ ਉਸ ਗੱਲ ਤੇ ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ ਬਟ ਅਦਰਵਾਈਜ਼ ਕੋਈ ਪ੍ਰੋਬਲਮ ਨਹੀਂ ਥੋੜੀ ਵੀ ਇੱਕ ਸਵਾਲ ਹੈ ਜੀ ਇੱਕ ਮਤਲਬ ਤੁਸੀਂ ਇਹ ਸੋਚਿਆ ਸੀ ਫਿਲਮ ਤੇ ਪੈਸਾ ਲਾਉਣਾ ਜਾਂ ਫਿਰ ਕਹਾਣੀ ਦੇਖ ਕੇ ਸੋਚਿਆ ਵੀ ਇਸੇ ਫਿਲਮ ਤੇ ਪੈਸਾ ਲਾਉਣਾ ਜਾਂ ਪਹਿਲਾਂ ਕੋਈ ਮਨਸੀਕ ਕੋਈ ਫਿਲਮ ਕਰੀਏ ਭਾਜੀ ਮੇਰੀ ਤਾਂ ਇਹ ਲਾਈਨ ਹੀ ਨਹੀਂ ਸੀ ਮੈਂ ਉਹੀ ਪੁੱਛਣਾ ਥੋੜੀ ਪਹਿਲੀ ਥੋੜੀ ਮੇਰੀ ਇਹ ਜ਼ਿੰਦਗੀ ਦੀ ਪਹਿਲੀ ਮੂਵੀ ਹੈ ਜੀ ਮੇਰੀ ਤਾਂ ਟਰਾਂਸਪੋਰਟ ਦੀ ਲਾਈਨ ਸੀ ਬੱਸਾਂ ਚਲਾਉਂਦੇ ਸੀ ਅਸੀਂ ਤਾਂ ਮੌਜ ਕਰਦੇ ਸੀ ਬਟ ਇੱਕ ਉਹ ਹੁੰਦਾ ਨਾ ਅੰਦਰ ਵੀ ਤੁਹਾਡੇ ਕੁਝ ਨਵਾਂ ਕਰਨ ਦੀ ਚੀਜ਼ ਨੂੰ ਲੈ ਕੇ ਰਿਕੀ ਡਾਇਰੈਕਟਰ ਸਾਹਿਬ ਆ ਜੀ ਆਪਣੇ ਇਸ ਮੂਵੀ ਦੇ ਉਹਨਾਂ ਨਾਲ ਮੇਰਾ ਚੰਗਾ ਪਿਆਰ ਸੀ ਬਣੀ ਉਟਨੀ ਜੁਲਮ ਕਰੇ ਚੰਡੀਗੜ੍ਹ ਹੁੰਦਾ ਸੀ ਉਹਨਾਂ ਨਾਲ ਬੈਠ ਜਾਂਦੇ ਸੀ ਉਥੋਂ ਉਹ ਗੱਲਾਂ ਬਾਤਾਂ ਕਰਦੇ ਤੇ ਅਸੀਂ ਕੁਦਰਤੀ ਇੱਕ ਦਿਨ ਬੈਠੇ ਜੀ ਤੇ ਉੱਥੇ ਆਪਣੇ ਰਾਈਟਰ ਸਾਹਿਬ ਆ ਗਏ ਜੀ ਨਰਿੰਦਰ ਜੀ ਤੇ ਇਹਨਾਂ ਨੇ ਸਟੋਰੀ ਜੀ ਮੈਂ ਕਿਹਾ ਜੀ ਬੜੀ ਵਧੀਆ ਆਪਣਾ ਸਟੋਰੀ ਆ ਜੀ ਰਿਕੀ ਜੀ ਤੇ ਮੈਨੂੰ ਕਹਿੰਦੇ ਭਾਜੀ ਬਣਾ ਲੈਣੇ ਆ ਬਸ ਐਂ ਗੱਲ ਚੱਲ ਪਈ ਜੀ ਮੈਂ ਕਿਹਾ ਜੀ ਤੁਹਾਨੂੰ ਮੈਂ ਸੋਚ ਕੇ ਦੱਸਦਾ ਕਿਆਕੀ ਬ੍ਰਦਰ ਨਾਲ ਰਹਿ ਕੀਤੀ ਮੈਨੂੰ ਕਹਿੰਦਾ ਬਾਈ ਜੀ ਤੁਸੀਂ ਕਿਹੜੇ ਚੱਕਰ ਚ ਪਏ ਹੋ ਮੈਂ ਬ੍ਰਦਰ ਟੋਲਡ ਮੀ ਆਪਣੀ ਲਾਈਨ ਨਹੀਂ ਕਿਹੜਾ ਨਹੀਂ ਪਤਾ ਨਹੀਂ ਸੁਤਾ ਨਹੀਂ ਮੈਂ ਕਿਹਾ ਸਣੀ ਟਰਾਂਸਪੋਰਟ ਬਾਰੇ ਕਿਹੜਾ ਪਤਾ ਸੀ ਜਦੋਂ ਪੈ ਗਿਆ ਪਤਾ ਲੱਗਿਆ ਚਲੋ ਲੈਟਸ ਸੀ ਪਰ ਆਪਣੇ ਬਹੁਤ ਦਿੱਤਾ ਇਸ ਪਾਸੇ ਵੀ ਇਨਵੈਸਟ ਕਰ ਲਈਏ ਫਿਰ ਅਸੀਂ ਬੈਠ ਕੇ ਪਲਾਨ ਕੀਤੀ ਕਹਿੰਦਾ ਜੀ ਕੁਝ ਨਵਾਂ ਕਰਿਓ ਫਿਰ ਜੇ ਕਰਨ ਲੱਗੇ ਹੁੰਦਾ ਮੈਂ ਕੋਈ ਨਹੀਂ ਸਣੀ ਨਵਾਂ ਹੀ ਕਰਾਂਗੇ ਲੋਕਾਂ ਨੂੰ ਹਟ ਕੇ ਹੀ ਕਰਾਂਗੇ ਫਿਰ ਇਹ ਅਸੀਂ ਲੋਕਾਂ ਨੂੰ ਹਟ ਕੇ ਹੀ ਕੀਤਾ ਜੀ ਜਦੋਂ ਫਿਲਮ ਨਹੀਂ ਸੋਡੋ ਇੱਕ ਸਟੋਰੀ ਵੀ ਕਹਿ ਲਈ ਕਿ ਪਹੁੰਚ ਗਿਆ ਫਿਰ ਕਲਾਕਾਰਾਂ ਨੂੰ ਲੈ ਕੇ ਨਾ ਜਿਹੜੇ ਮੇਨ ਲੀਡ ਤੇ ਹੁੰਦੇ ਆ ਉਹਨਾਂ ਨੂੰ ਲੈ ਕੇ ਹੁੰਦਾ ਵੀ ਇੱਕ ਆਪਾ ਚਿਹਰੇ ਉਹ ਲਈਏ ਜਿਹੜੇ ਚੱਲ ਰਹੇ ਹੋਣ ਜਾਂ ਤਾਂ ਸਿੰਗਰ ਲੈ ਲਈਏ ਜਾਂ ਕੋਈ ਫੇਮਸ ਲੈ ਲਈਏ ਸੋ ਤੁਸੀਂ ਉਹ ਕਲਾਕਾਰ ਲੈਤੇ ਆ ਥੀਏਟਰ ਦੇ ਕਲਾਕਾਰ ਬਹੁਤ ਬਹੁਤ ਚੰਗੇ ਕਲਾਕਾਰ ਆਗੇ ਪਰ ਉਹ ਚੀਜ਼ ਤੇ ਤੁਹਾਨੂੰ ਲੱਗਿਆ ਨਹੀਂ ਵੀ ਰਿਸਕ ਨਾ ਹੋਵੇ ਕਿਤੇ ਇਹ ਚੀਜ਼ ਨੂੰ ਲੈ ਕੇ ਬਾਈ ਜੀ ਮੈਨੂੰ ਮਾਨ ਸੀ ਮੇਰੀ ਚੁਆਇਸ ਤੇ ਕਿਉਂਕਿ ਐਕਟਰ ਤਾਂ ਸੀਗੇ ਨਾ ਐਕਟਰ ਤਾਂ ਹੈਗੇ ਇੱਕ ਚਾਂਸ ਨਹੀਂ ਮਿਲ ਰਿਹਾ ਸੀ ਚਾਂਸ ਮੈਂ deta ਹੀ ਨਾ ਚਾਂਸ ਇਸ ਕਰਕੇ ਦਿੱਤਾ ਵੀ ਨਾਲ ਵੱਡੀ ਟੀਮ ਦਿੱਤੀ ਅਕੀ ਲੱਕੜ ਸੰਗ ਲੋਹਾ ਵੀ ਤਰਜੇ ਤੇ ਇਹਨਾਂ ਦਾ ਵੀ ਸਾਰੀ ਉਮਰ ਦਾ ਆਪਣਾ ਸਟੈਰਲਿੰਗ ਟਾਈਮ ਆ ਜੀ ਕਿੰਨੇ ਕਿੰਨੇ ਸਾਲ ਹੋ ਗਏ ਵਿਚਾਰਿਆਂ ਨੂੰ ਲੱਗਿਆ ਨੂੰ ਚਾਂਸ ਹੀ ਨਹੀਂ ਮਿਲ ਰਿਹਾ ਉਹ ਜੇ ਹੋਰ ਦੋ ਚਾਰ ਚਾਲ ਨਾ ਮਿਲਦਾ ਇਹਨਾਂ ਨੇ ਐਂ ਟੱਪ ਜਾਣਾ ਸੀ ਜੀ ਤੇ ਹੁਣ ਮੇਰੇ ਮਨ ਨੂੰ ਸਭ ਤੋਂ ਵੱਡੀ ਇਹ ਸੈਟੀਸਫੈਕਸ਼ਨ ਆ ਵੀ ਚਲੋ ਜੇ ਇਹ ਆਪਦੇ ਪੈਰਾਂ ਤੇ ਖੜੇ ਹੋ ਗਏ ਸੈਟਲਡ ਆਊਨ ਹੋ ਗਏ ਆਪਦੀ ਲਾਈਫ 'ਚ ਤੇ ਮੈਂ ਤਾਂ ਇਹ ਸੋਚਦਾ ਵੀ ਇਦੋਂ ਵੱਡੀ ਮੇਰੇ ਵਾਸਤੇ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੋ ਸਕਦੀ ਜੇ ਮੇਰੇ ਅਮ ਨਵੀਂ ਜੋੜੀ ਮੇਰੀ ਅਗਲ ਸੈਟਲਡ ਹੁੰਦੀ ਆ। ਕੀ ਬਾਤ ਹੈ। ਸੋ ਗੱਲ ਮਿਊਜ਼ਿਕ ਦੀ ਕਰਦੇ ਆ ਕਿ ਮਿਊਜ਼ਿਕ ਤੁਸੀਂ ਬੜਾ ਜਿੱਦਾਂ ਕਹਿੰਦੀ ਕਿ ਬੀ ਪ੍ਰੈਕ ਤੇ ਜਾਨੀ ਹੋਰਾਂ ਨਾਲ ਕੀਤਾਗਾ। ਸੋ ਉਹਨਾਂ ਤੱਕ ਕਿਵੇਂ ਅਪਰੋਚ ਹੁੰਦੀ ਹੈ ਕਿ ਅੱਜ ਕੱਲ ਕਹਦੇ ਆ ਕਿ ਜਾਨੀ ਹੋਰਾਂ ਦਾ ਤਾਂ ਬੜਾ ਵੱਡਾ ਬਜਟ ਵੀ ਉਹਨਾਂ ਦਾ ਵੱਡਾ ਹੁੰਦਾਗਾ ਸੋ ਉਹਨਾਂ ਤੱਕ ਕਿਵੇਂ ਪ੍ਰੂਸ ਹੋਈ ਵੀ ਉਹਨਾਂ ਦਾ ਵੀ ਫਾਈਨਲਲੀ ਉਹਨਾਂ ਦਾ ਮਿਊਜ਼ਿਕ ਲਈ। ਅਮ ਜਾਨੀ ਤਾਂ ਲੋਕਾਂ ਵਾਸਤੇ ਬਹੁਤ ਵੱਡਾ ਜੀ ਜਾਨੀ। ਮੇਰੇ ਵਾਸਤੇ ਤਾਂ ਇਹ ਸਾਡੀ ਫੈਮਿਲੀ ਹੈ ਜੀ। ਹਮਮ ਔਰ ਇਨਾਂ ਦੇ ਫਾਦਰ ਹੋਰਿਆਂ ਦੇ ਹੱਥਾਂ 'ਚ ਤਾਂ ਅਸੀਂ ਖੇਡਦੇ ਰਹੇ ਹਾਂ ਜੀ ਮਤਲਬ ਕਿ ਬਹੁਤ ਹੀ ਪਿਆਰਾ ਇੱਕ ਦੂਜੇ ਦੀ ਫੈਮਲੀ ਨਾਲ ਮੈਂ ਤਾਂ ਇੱਕ ਵਾਰੀ ਜਾ ਕੇ ਜਾਨੀ ਨੂੰ ਕਿਹਾ ਮੈਂ ਕਿਹਾ ਯਾਰ ਮੈਂ ਜਾਨੀ ਆ ਹੁਕਮ ਕੀਤਾ ਮੈਨੂੰ ਕਹਿੰਦਾ ਬਾਜੀ ਤੁਸੀਂ ਹੁਕਮ ਕਰੋ ਮੈਂ ਕਿਹਾ ਵੀ ਆ ਕਹਿੰਦਾ ਹੋ ਗਿਆ ਜੀ ਔਰ ਵਿਦੀਨ 15 ਡੇਜ਼ ਗਾਣੇ ਲਿਖ ਕੇ ਗਵਾ ਕੇ ਸਾਨੂੰ ਫੜਾਤੇ ਔਰ ਤੁਸੀਂ ਬਲੀਵ ਕਰੋਗੇ ਹਜੇ ਤੱਕ ਨੋ ਡਿਮਾਂਡ ਕੀ ਬਾਤ ਹੈ ਹਾਂ ਔਰ ਇਹ ਹੁਣ ਮੇਰੀ ਡਿਊਟੀ ਆ ਕਿ ਜਦੋਂ ਮੂਵੀ ਚੱਲਦੀ ਆ ਕੀ ਗਿਫਟ ਦੇ ਕੇ ਆਉਣਾ ਉਹ ਵੀ ਗਿਫਟ ਮੇਰੀ ਮਰਜ਼ੀ ਨਾਲ ਦੇ ਕੇ ਆਉਣਾ ਇਹਨਾਂ ਵੱਨੋਂ ਕੋਈ ਡਿਮਾਂਡ ਨਹੀਂ ਸੁੱਕੇ ਖਾਸ ਗੱਲ ਤੁਸੀਂ ਜ਼ਿਕਰ ਕਰਦੇ ਸੀ ਕਿ ਇਸ ਫਿਲਮ ਦਾ ਜੋ ਪ੍ਰੋਫਿਟ ਹੋਊਗਾ ਉਹਦੇ ਵਿੱਚੋਂ ਕੁਝ ਪਰਸੈਂਟ ਜੋ ਕਿਸਾਨਾਂ ਦੇ ਪੰਜ ਤੁਸੀਂ ਆਪਣੇ ਆਪ ਜ਼ਿਕਰ ਕਰ ਦਿਓ ਕਿ ਸਰ ਮੈਂ 5% ਜੋ ਵੀ ਇਸ ਫਿਲਮ ਦੀ ਸਾਨੂੰ ਪ੍ਰੋਫਿਟ ਆਊਗਾ ਉਹਦੇ ਚੋਂ 5% ਮੇਰੀ ਇਹ ਸੋਚੀ ਵੀ ਆ ਵੀ ਜਿਹੜੇ ਕਿਸਾਨ ਇਸ ਕਿਸਾਨੀ ਸੰਘਰਸ਼ ਦੇ ਚਲਦੇ ਸ਼ਹੀਦ ਹੋਗੇ ਉਹਨਾਂ ਦੇ ਨਾਮ ਕਰੂੰਗਾ ਜੀ 5% ਪੈਸਾ ਔਰ ਇੱਕ ਵਾਢਿਓ ਲੈ ਕੇ ਮੇਰੀ ਉਮੀਦ ਤਾਂ ਮੇਰੀ ਇਹ ਹੈ ਵੀ ਹਰ ਇਨਸਾਨ ਨੂੰ ਜਿੰਨੇ ਸ਼ਹੀਦ ਹੋਇਆ ਵੀ 1-1 ਲੱਖ ਰੁਪਿਆ ਹਰੇਕ ਨੂੰ ਚੈੱਕ ਦੇ ਕੇ ਆਵਾਂ। ਬਾਕੀ ਹੁਣ ਲੋਕਾਂ ਤੇ ਵੀ ਕਿੰਨਾ ਪ੍ਰੋਫਿਟ ਆਉਂਦਾ ਜੀ। ਇਹ ਥੋੜੇ ਥੋੜੇ ਬਹੁਤੇ ਕੋਈ ਘਟਗੇ ਤਾਂ ਮੈਂ ਆਪਦੇ ਕੋਲੋਂ ਵੀ ਹੋਰ ਵੀ ਕਰ ਦੂੰਗਾ। ਬਟ ਇੱਛਾ ਹੈ ਜੀ ਵੀ ਹਰੇਕ ਤਾਈ ਮੈਂ ਪਹੁੰਚਾਂ। ਮੇਰੀ ਇਹ दिली ਇੱਛਾ ਜੀ ਵੀ ਹਰੇਕ ਦੀ ਮਦਦ ਕਰੀਏ ਜੀ। ਜੀ। ਬਹੁਤ ਧੰਨਵਾਦ ਸਵਾਦਨ ਦੇ ਲਈ। ਜੀ। ਸੋ ਦੋਸਤੋ ਸਾਡੇ ਨਾਲ ਗੱਲਬਾਤ ਦੇ ਲਈ ਹਾਜ਼ਰ ਸੀ ਦੇਪੀਟ ਲੋ ਜਿਸ ਨੂੰ ਇੱਕ ਖਾਸ ਗੱਲ ਦੱਸਦੀ ਕਿ ਫਿਲਮ ਦੇਖਣੀ ਕਿਉਂ ਜ਼ਰੂਰੀ ਹੈ ਪਹਿਲੀ ਗੱਲ ਤਾਂ ਕਿ ਫਿਲਮ ਦੀ ਸਟੋਰੀ ਤੇ ਬੇਹੱਦ ਚੰਗਾ ਵਰਕ ਕੀਤਾ ਗਿਆ ਔਰ ਕਲਾਕਾਰਾਂ ਦੀ ਗੱਲ ਕਰੀਏ ਤਾਂ ਕਲਾਕਾਰੀ ਦੇ ਥੰਮ ਨੇ ਸੋ ਇੱਕ ਜਿਹੜੀ ਖਾਸ ਗੱਲ ਦੱਸਦੀ ਕਿ ਫਿਲਮ ਸਾਨੂੰ ਕਿਉਂ ਦੇਖਣੀ ਚਾਹੀਦੀ ਹੈ ਸੋ ਪ੍ਰੋਡਿਊਸਰ ਸਾਹਿਬ ਨੇ ਪ੍ਰੋਡਿਊਸਰ ਸਾਹਿਬ ਨੇ ਜਕਰ ਕੀਤਾ ਸੀ ਕਿ ਇਸ ਫਿਲਮ ਦਾ 5% ਪ੍ਰੋਫਿਟ ਆ ਜਿਹੜਾ ਉਹ ਜੋ ਕਿ ਕਿਸਾਨ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਊਗਾ ਸੋ ਇਹ ਖਾਸ ਗੱਲ ਹੁੰਦੀ ਹੈ ਕਿ ਅਸੀਂ ਸਾਨੂੰ ਇਹਨਾਂ ਦੀ ਹੈਲਪ ਜੋ ਕਹਿੰਦੀ ਇੱਕ ਅਸੀਂ ਵੀ ਸਾਡਾ ਯੋਗਦਾਨ ਕਿਤਨਾ ਕਿਤੇ ਉਹ ਚੀਜ਼ ਦੇ ਵਿੱਚ ਜ਼ਰੂਰ ਪਊਗਾ ਇਸ ਲਈ ਸਾਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬੀ ਟੇਸ਼ਨ